a South Asian Canadian channel. ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਪੁੱਜੇ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਐਲ ਮੰਡਵੀਆ ਨਾਲ ਇੱਕ ਅਹਿਮ ਮੁਲਾਕਾਤ ਕਰਕੇ ਪੰਜਾਬ ਦੇ ਸਿਹਤ ਨਾਲ ਸੰਬੰਧਿਤ ਮਸਲਿਆਂ ਬਾਬਤ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ। ਡਾਕਟਰ ਬਲਬੀਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦੀਆਂ ਸਿਹਤ ਬਾਰੇ ਮੰਗਾਂ ਦਾ ਇੱਕ ਵਿਸਥਾਰਤ ਮੰਗ ਪੱਤਰ ਸੌਂਪਿਆ ਅਤੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਵਿਸ਼ਵ ਪੱਧਰੀ ਬਣਾ ਰਹੀ ਹੈ, ਜਿਸ ਵਾਸਤੇ ਕੇਂਦਰ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ, ਜਿਸ 'ਤੇ ਕੇਂਦਰੀ ਸਿਹਤ ਮੰਤਰੀ ਨੇ ਹਾਂ ਪੱਕੀ ਹੁੰਗਾਰਾ ਦਿੱਤਾ। ਉਹਨਾਂ ਨੇ ਆਮ ਆਦਮੀ ਕਲੀਨਿਕਾਂ ਬਾਰੇ ਦੱਸਦਿਆਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਕ੍ਰਿਟੀਕਲ ਕੇਅਰ ਬਲਾਕ ਅਤੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਆਦਿ ਬਾਰੇ ਵੀ ਕੇਂਦਰੀ ਸਹਾਇਤਾ ਤੁਰੰਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਹਨਾਂ ਸਾਰੀਆਂ ਮੰਗਾਂ ਬਾਬਤ ਕੇਂਦਰੀ ਸਿਹਤ ਮੰਤਰੀ ਨੇ ਜਲਦ ਕਾਰਵਾਈ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ। ਅੱਜ ਮੈਂ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਜੀ ਨਾਲ ਮੁਲਾਕਾਤ ਕੀਤੀ ਔਰ ਜਿਸ ਤਰ੍ਹਾਂ ਸਿਹਤ ਖੇਤਰ ਵਿੱਚ ਜਿਹੜੀ ਕ੍ਰਾਂਤੀ ਹੋ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਸਿਹਤ ਦੇ ਮੁੱਦਿਆਂ ਬਾਰੇ ਬੜੀ ਵਿਸਥਾਰਪੂਰਵਕ ਉਹਨਾਂ ਦੇ ਨਾਲ ਚਰਚਾ ਹੋਈ। ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਜਿਹੜਾ ਅਸੀਂ ਹੋਲਿਸਟਿਕ ਹੈਲਥ ਕੇਅਰ ਦਾ ਮਾਡਲ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹਾਂ ਔਰ ਉਹਨਾਂ ਨੇ ਕਿਹਾ ਵੀ ਜਿਹੜੇ ਤੁਹਾਡੇ ਆਮ ਆਦਮੀ ਕਲੀਨਿਕ ਹੈ ਇਹ ਵੀ ਕੋਈ ਮਤਲਬ ਉਹਨਾਂ ਨੇ ਉਹਨੂੰ ਵੀ ਐਪਰੀਸ਼ੀਏਟ ਕੀਤਾ ਔਰ ਉਹਨਾਂ ਨੇ ਜਿਹੜਾ ਅਸੀਂ ਉਹਨਾਂ ਦੇ ਜਿਹੜੇ ਇੱਕ ਦੋ ਕੰਸਰਨ ਸੀਗੇ ਅਸੀਂ ਉਹ ਐਡਰੈਸ ਕੀਤੇ ਜਿਹੜਾ ਉਹਨਾਂ ਦਾ ਕੋ ਬ੍ਰਾਂਡਿੰਗ ਦਾ ਸੀਗਾ ਔਰ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੇ ਤੁਹਾਡੇ ਫੰਡਸ ਹੈਗੇ ਅਸੀਂ ਇਮੀਡੀਏਟਲੀ ਰਿਲੀਜ਼ ਕਰ ਦਾਂਗੇ। ਇਸ ਤੋਂ ਸਿਵਾਏ ਉਹਨਾਂ ਨੇ ਬਹੁਤ ਅੱਛਾ ਇੱਕ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਦੀ ਜਿਹੜੀ ਗੱਲ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਾਰੇ ਡਿਸਟ੍ਰਿਕਟ ਵਾਸਤੇ ਕ੍ਰਿਟੀਕਲ ਕੇਅਰ ਯੂਨਿਟਸ ਜਿਹੜੇ ਅਸੀਂ ਦੇਵਾਂਗੇ ਅਤੇ ਉਹ ਅਸੀਂ ਪ੍ਰਪੋਜ਼ਲ ਬਣਾ ਕੇ ਮੈਂ ਉਹਨਾਂ ਨੂੰ ਭੇਜਾਂਗਾ। ਇਸੇ ਤਰ੍ਹਾਂ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਸੀਗਾ ਔਰ ਜਿਹੜੇ ਸਾਡੇ ਅਪਕਮਿੰਗ ਮੈਡੀਕਲ ਕਾਲਜਿਸ ਆ ਉਹਨਾਂ ਦਾ ਵੀ ਕਿਹਾ ਅਸੀਂ ਤੁਹਾਨੂੰ ਪੂਰੇ ਫੰਡਸ ਦੇਵਾਂਗੇ। ਸੋ ਮੈਂ ਫਾਸਟ ਟਰੈਕ ਕਰ ਰਿਹਾ। ਬਹੁਤ ਇੱਕ ਅੱਛੇ ਮਾਹੌਲ ਦੇ ਵਿੱਚ ਬੜੀ ਗੱਲਬਾਤ ਹੋਈ। ਉਹਨਾਂ ਨੇ ਕਿਹਾ ਕਿ ਆਪਾਂ ਇੱਕ ਮੀਟਿੰਗ ਵੀ ਕਰਾਂਗੇ ਜਿਹੜੇ ਸਟੇਟ ਦੇ, ਜਿਸ ਤਰ੍ਹਾਂ ਮੇਰੀ ਇੱਕ ਸਲਾਹ ਸੀਗੀ ਕਿ ਸਾਰੇ ਜਿੰਨੇ ਵੀ ਤੁਹਾਡੇ ਹੈਲਥ ਮਿਨਿਸਟਰਸ ਆ ਗਏ ਉਹਨਾਂ ਦਾ ਕਰਕੇ ਆਪਾਂ ਨੂੰ ਕੁਛ ਜਿਹੜੇ ਮੈਡੀਕਲ ਇਹਦੇ ਵਿੱਚ ਨਾ ਬੜੇ ਬਹੁਤ ਜ਼ਿਆਦਾ ਰਿਫੋਰਮ ਦੀ ਲੋੜ ਹੈ ਮੈਡੀਕਲ ਐਜੂਕੇਸ਼ਨ ਦੇ ਵਿੱਚ ਔਰ ਹੈਲਥ ਕੇਅਰ ਦੇ ਵਿੱਚ। ਇੱਕ ਮੇਰੀ ਜਿਹੜੀ ਪ੍ਰਪੋਜ਼ਲ ਸੀ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਅਸੀਂ ਕ੍ਰਿਟੀਕਲ ਕੇਅਰ ਯੂਨਿਟ ਬਣਾ ਰਹੇ ਹਾਂ ਅਤੇ ਸਾਨੂੰ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਦੇ ਵਾਸਤੇ ਵੀ ਸਪੈਸ਼ਲ ਟ੍ਰੇਨਿੰਗ ਸ਼ੁਰੂ ਕਰਨੀ ਚਾਹੀਦੀ ਆ ਔਰ ਦੂਜਾ ਜਿਹੜਾ ਫੈਮਿਲੀ ਮੈਡੀਸਨ ਦੇ ਵਿੱਚ ਫੈਮਿਲੀ ਫਿਜੀਸ਼ੀਅਨ ਔਰ ਤੀਜਾ ਜਿਹੜਾ ਹੋਲਿਸਟਿਕ ਹੈਲਥ ਕੇਅਰ ਹੈ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰਿਵੈਂਟਿਵ ਕੇਅਰ ਪ੍ਰਮੋਸ਼ਨ ਔਰ ਜਿਹੜਾ ਹੈਗਾ ਰੀਹੈਬਿਲੀਟੇਟਿਵ ਸਰਵਿਸਿਜ਼ ਔਰ ਖਾਸ ਕਰਕੇ ਜਿਹੜਾ ਪੈਲੀਏਟਿਵ ਕੇਅਰ ਜਿਹੜੇ ਪੇਸ਼ੈਂਟ ਟਰਮੀਨਲੀ ਸਿੱਖ ਹੁੰਦੇ ਆ। ਸੋ ਇਹ ਸਾਰੀਆਂ ਸੁਜੈਸ਼ਨਸ ਦੇ ਬਾਰੇ ਉਹਨਾਂ ਨੇ ਬਹੁਤ ਇੱਕ ਪੋਜ਼ਿਟਿਵ ਸਾਨੂੰ ਹੁੰਗਾਰਾ ਭਰਿਆ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਤੁਹਾਡੇ ਜਿਹੜੀਆਂ ਤੁਹਾਡੀਆਂ ਗ੍ਰਾਂਟਸ ਹੈਗੀਆਂ ਸਾਰੀਆਂ ਇਮੀਡੀਏਟਲੀ ਰਿਲੀਜ਼ ਕਰ ਦਾਂਗੇ। ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ। ਸੋ ਬਹੁਤ ਅੱਛੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਆ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀਆਂ ਬਿਹਤਰ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦੇ ਸਕਾਂਗੇ। A South Asian Canadian channel.